ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਇੱਕ ਗੱਡੀ ਫਸ ਗਈ। ਕਾਰ ਸਵਾਰਾਂ ਦੇ ਵੱਲੋਂ ਉੱਚੀ ਉੱਚੀ ਰੌਲਾ ਪਾਇਆ ਗਿਆ। ਸਥਾਨਕ ਲੋਕ ਮੌਕੇ ਤੇ ਪਹੁੰਚ ਗਏ। ਇੱਕ ਟਰੈਕਟਰ ਲਿਆਂਦਾ ਗਿਆ, ਰੱਸੇ ਦੇ ਨਾਲ ਗੱਡੀ ਨੂੰ ਟੋਚਣ ਪਾ ਕੇ ਇਸ ਸਥਿਤੀ ਦੇ ਵਿੱਚੋਂ ਇਹਨਾਂ ਕਾਰ ਸਵਾਰਾਂ ਨੂੰ ਬਾਹਰ ਕੱਢਿਆ ਗਿਆ। ਤਸਵੀਰਾਂ ਤੁਹਾਡੀ ਸਕਰੀਨ ਤੇ ਨੇ। ਇਸ ਤਰੀਕੇ ਦੇ ਨਾਲ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਇੱਕ ਕਾਰ ਜੋ ਇੱਥੋਂ ਲੰਘ ਰਹੀ ਸੀ ਬੜੀ ਹੀ ਕਸੂਤੀ ਫਸ ਗਈ। ਤਿੰਨ ਲੋਕ ਇਸ ਕਾਰ ਦੇ ਵਿੱਚ ਸਵਾਰ ਸਨ ਜਿਨ੍ਹਾਂ ਨੇ ਦੁਹਾਈ ਪਾ ਦਿੱਤੀ। ਸਥਾਨਕ ਲੋਕਾਂ ਨੇ ਮੌਕੇ ਤੇ ਫਟਾਫਟ ਟਰੈਕਟਰ ਲਿਆਂਦਾ, ਰੱਸੇ ਦੀ ਸਹਾਇਤਾ ਦੇ ਨਾਲ ਟੋਚਣ ਪਾਇਆ ਤੇ ਇਸ ਗੱਡੀ ਨੂੰ ਇਸ ਸਥਿਤੀ ਦੇ ਵਿੱਚੋਂ ਬਾਹਰ ਕੱਢਿਆ। ਇਹ ਕੋਈ ਸਮੁੰਦਰ ਜਾਂ ਨਦੀ ਦਾ ਦ੍ਰਿਸ਼ ਨਹੀਂ, ਸਗੋਂ ਇਹ ਇੱਕ ਸੜਕ ਹੈ ਜਿੱਥੇ ਇਹ ਕਾਰ ਲੰਘ ਰਹੀ ਸੀ ਤਾਂ ਅਚਾਨਕ ਤੇਜ਼ ਵਹਾਅ ਨੇ ਇਸ ਨੂੰ ਘੇਰ ਲਿਆ ਔਰ ਪਾਣੀ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਰਫ਼ਤਾਰ ਕਿੰਨੀ ਤੇਜ਼ ਹੈ ਔਰ ਇਹਨਾਂ ਪਾਣੀ ਦੀਆਂ ਘੁੰਮਣ ਘੇਰੀਆਂ ਦੇ ਵਿੱਚ ਇਹ ਕਾਰ ਕਸੂਤੀ ਫਸ ਗਈ। ਕਾਰ ਦੇ ਵਿੱਚ ਸਵਾਰ ਲੋਕਾਂ ਨੇ ਉੱਚੀ ਉੱਚੀ ਰੌਲਾ ਪਾਇਆ। ਸਥਾਨਕ ਲੋਕ ਸਹਾਇਤਾ ਦੇ ਲਈ ਅੱਗੇ ਆਏ ਜਿਨ੍ਹਾਂ ਨੇ ਟਰੈਕਟਰ ਲਿਆਂਦਾ, ਰੱਸਾ ਲਿਆਂਦਾ ਔਰ ਇਸ ਫਸੀ ਹੋਈ ਕਾਰ ਨੂੰ ਟੋਚਣ ਪਾ ਕੇ ਇੱਥੋਂ ਬਾਹਰ ਕੱਢਿਆ। ਹਰੀਪੁਰ ਪਾਲੇਨੀ ਮਾਰਗ ਦੀਆਂ ਇਹ ਤਸਵੀਰਾਂ ਨੇ। ਸੜਕ ਦੇ ਵਹਿ ਰਹੇ ਪਾਣੀ ਦੇ ਵਿੱਚ ਇਹ ਕਾਰ ਕਸੂਤੀ ਫਸ ਗਈ। ਕਾਰ ਨੂੰ ਟਰੈਕਟਰ ਨੇ ਟੋਚਣ ਪਾਇਆ, ਫਿਰ ਕਿਤੇ ਕਾਰ ਨੂੰ ਜਾ ਕੇ ਬਾਹਰ ਕੱਢਿਆ। ਇਸ ਕਾਰ ਦੇ ਵਿੱਚ ਤਿੰਨ ਲੋਕ ਸਵਾਰ ਸਨ ਜੋ ਕਿ ਤੇਜ਼ ਪਾਣੀ ਦੇ ਵਹਾਅ ਦੇ ਵਿੱਚ ਰੁੜ ਜਾਣੇ ਸੀ। ਜੇਕਰ ਲੋਕ ਸਹਾਇਤਾ ਦੇ ਲਈ ਅੱਗੇ ਨਾ ਆਉਂਦੇ ਤਾਂ ਕਾਰ ਨੂੰ ਵੀ ਇੱਥੇ ਵੱਡਾ ਨੁਕਸਾਨ ਜਿਹੜਾ ਉਹ ਹੋ ਸਕਦਾ ਸੀ। ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਇੱਕ ਗੱਡੀ ਫਸ ਗਈ। ਕਾਰ ਸਵਾਰਾਂ ਦੇ ਵੱਲੋਂ ਉੱਚੀ ਉੱਚੀ ਰੌਲਾ ਪਾਇਆ ਗਿਆ। ਸਥਾਨਕ ਲੋਕ ਮੌਕੇ ਤੇ ਪਹੁੰਚ ਗਏ। ਇੱਕ ਟਰੈਕਟਰ ਲਿਆਂਦਾ ਗਿਆ, ਰੱਸੇ ਦੇ ਨਾਲ ਗੱਡੀ ਨੂੰ ਟੋਚਣ ਪਾ ਕੇ ਇਸ ਸਥਿਤੀ ਦੇ ਵਿੱਚੋਂ ਇਹਨਾਂ ਕਾਰ ਸਵਾਰਾਂ ਨੂੰ ਬਾਹਰ ਕੱਢਿਆ ਗਿਆ। ਤਸਵੀਰਾਂ ਤੁਹਾਡੀ ਸਕਰੀਨ ਤੇ ਨੇ। ਇਸ ਤਰੀਕੇ ਦੇ ਨਾਲ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਇੱਕ ਕਾਰ ਜੋ ਇੱਥੋਂ ਲੰਘ ਰਹੀ ਸੀ ਬੜੀ ਹੀ ਕਸੂਤੀ ਫਸ ਗਈ। ਤਿੰਨ ਲੋਕ ਇਸ ਕਾਰ ਦੇ ਵਿੱਚ ਸਵਾਰ ਸਨ ਜਿਨ੍ਹਾਂ ਨੇ ਦੁਹਾਈ ਪਾ ਦਿੱਤੀ। ਸਥਾਨਕ ਲੋਕਾਂ ਨੇ ਮੌਕੇ ਤੇ ਫਟਾਫਟ ਟਰੈਕਟਰ ਲਿਆਂਦਾ, ਰੱਸੇ ਦੀ ਸਹਾਇਤਾ ਦੇ ਨਾਲ ਟੋਚਣ ਪਾਇਆ ਤੇ ਇਸ ਗੱਡੀ ਨੂੰ ਇਸ ਸਥਿਤੀ ਦੇ ਵਿੱਚੋਂ ਬਾਹਰ ਕੱਢਿਆ। ਇਹ ਕੋਈ ਸਮੁੰਦਰ ਜਾਂ ਨਦੀ ਦਾ ਦ੍ਰਿਸ਼ ਨਹੀਂ, ਸਗੋਂ ਇਹ ਇੱਕ ਸੜਕ ਹੈ ਜਿੱਥੇ ਇਹ ਕਾਰ ਲੰਘ ਰਹੀ ਸੀ ਤਾਂ ਅਚਾਨਕ ਤੇਜ਼ ਵਹਾਅ ਨੇ ਇਸ ਨੂੰ ਘੇਰ ਲਿਆ ਔਰ ਪਾਣੀ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਰਫ਼ਤਾਰ ਕਿੰਨੀ ਤੇਜ਼ ਹੈ ਔਰ ਇਹਨਾਂ ਪਾਣੀ ਦੀਆਂ ਘੁੰਮਣ ਘੇਰੀਆਂ ਦੇ ਵਿੱਚ ਇਹ ਕਾਰ ਕਸੂਤੀ ਫਸ ਗਈ। ਕਾਰ ਦੇ ਵਿੱਚ ਸਵਾਰ ਲੋਕਾਂ ਨੇ ਉੱਚੀ ਉੱਚੀ ਰੌਲਾ ਪਾਇਆ। ਸਥਾਨਕ ਲੋਕ ਸਹਾਇਤਾ ਦੇ ਲਈ ਅੱਗੇ ਆਏ ਜਿਨ੍ਹਾਂ ਨੇ ਟਰੈਕਟਰ ਲਿਆਂਦਾ, ਰੱਸਾ ਲਿਆਂਦਾ ਔਰ ਇਸ ਫਸੀ ਹੋਈ ਕਾਰ ਨੂੰ ਟੋਚਣ ਪਾ ਕੇ ਇੱਥੋਂ ਬਾਹਰ ਕੱਢਿਆ। ਹਰੀਪੁਰ ਪਾਲੇਨੀ ਮਾਰਗ ਦੀਆਂ ਇਹ ਤਸਵੀਰਾਂ ਨੇ। ਸੜਕ ਦੇ ਵਹਿ ਰਹੇ ਪਾਣੀ ਦੇ ਵਿੱਚ ਇਹ ਕਾਰ ਕਸੂਤੀ ਫਸ ਗਈ। ਕਾਰ ਨੂੰ ਟਰੈਕਟਰ ਨੇ ਟੋਚਣ ਪਾਇਆ, ਫਿਰ ਕਿਤੇ ਕਾਰ ਨੂੰ ਜਾ ਕੇ ਬਾਹਰ ਕੱਢਿਆ। ਇਸ ਕਾਰ ਦੇ ਵਿੱਚ ਤਿੰਨ ਲੋਕ ਸਵਾਰ ਸਨ ਜੋ ਕਿ ਤੇਜ਼ ਪਾਣੀ ਦੇ ਵਹਾਅ ਦੇ ਵਿੱਚ ਰੁੜ ਜਾਣੇ ਸੀ। ਜੇਕਰ ਲੋਕ ਸਹਾਇਤਾ ਦੇ ਲਈ ਅੱਗੇ ਨਾ ਆਉਂਦੇ ਤਾਂ ਕਾਰ ਨੂੰ ਵੀ ਇੱਥੇ ਵੱਡਾ ਨੁਕਸਾਨ ਜਿਹੜਾ ਉਹ ਹੋ ਸਕਦਾ ਸੀ।